ਉਹਦਾ ਕੈਬਨਿਟ ਮੰਤਰੀ ਸੁੰਦਰ ਸ਼ਾਮ ਅਰੋੜਾ ਵੱਲੋਂ ਹੁਸ਼ਿਆਰਪੁਰ ਦੇ ਦਰਜਨਾਂ ਪਿੰਡਾਂ ਅਤੇ ਸਕੂਲਾਂ ਵਿੱਚ ਕਰੋੜਾਂ ਰੁਪਇਆਂ ਦੇ ਵਿਕਾਸ ਕਾਰਜਾਂ ਦੇ ਚੈੱਕ ਵੰਡੇ ਗਏ। ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੱਤਾ ਸੰਭਾਲਣ ਤੋਂ ਪਹਿਲਾਂ ਜੋ ਵਾਅਦੇ ਕੀਤੇ ਗਏ ਸਨ ਉਹ ਹੌਲੀ ਹੌਲੀ ਪੂਰੇ ਕੀਤੇ ਜਾਣਗੇ। ਲੋਕ ਸਭਾ ਚੋਣਾਂ ਵਿੱਚ ਕਾਂਗਰਸੀ ਪੰਜਾਬ ਵਿੱਚ ਹੋਈ ਜਿੱਤ ਨੇ ਸਾਬਿਤ ਕਰ ਦਿੱਤਾ ਕਿ ਸਰਕਾਰ ਆਪਣੇ ਕੀਤੇ ਵਾਅਦਿਆਂ ਲਈ ਵਚਨਬੱਧ ਹੈ। ਅੱਜ ਅਸੀਂ ਤਕਰੀਬਨ 5 ਪਿੰਡਾਂ ਨੂੰ ਸਟੇਡੀਅਮ ਦੇ ਚੈੱਕ ਦਿੱਤੇ ਹੈ, 25 ਲੱਖ ਰੁਪਏ ਦੀ ਸ਼ੁਰੂਆਤ ਕੀਤੀ ਹੈ, 2 ਸਕੂਲਾਂ ਦੇ ਵਿੱਚ ਰੀਚਾਰਜ ਸਿਸਟਮ ਦੇ ਚੈੱਕ ਦਿੱਤੇ ਆ ਕਿ ਜਿਹੜਾ ਪਾਣੀ ਹੈ ਧਰਤੀ ਦੇ ਹੇਠ ਜਾਵੇ, ਔਰ ਸੜਕਾਂ ਦੇ ਕਾਫੀ ਸੜਕਾਂ ਦੇ ਜਿਹੜੇ ਕਰੋੜਾਂ ਰੁਪਏ ਦੀ ਅਲੋਟਮੈਂਟ ਅੱਜ ਸੜਕਾਂ ਦੀ ਕੀਤੀ ਹੈ, ਕੋਈ 75 ਲੱਖ ਰੁਪਏ ਦੇ ਜਿਹੜੀ ਪੇਮੈਂਟ ਹੈ ਇਸ ਪਿੰਡ ਦੀ ਸੜਕਾਂ ਦੀ ਪਾਈ ਹੈ ਕਿ ਬਰਸਾਤ ਤੋਂ ਬਾਅਦ ਜਿਹੜੀਆਂ ਸੜਕਾਂ ਸ਼ੁਰੂ ਹੋ ਜਾਣਗੀਆਂ। ਇੱਦਾਂ ਹੀ ਹਰੇਕ ਪਿੰਡਾਂ ਦੀ ਅਲੱਗ ਅਲੱਗ ਅਲੋਟਮੈਂਟ ਹੈ। ਤੋ ਇਹ ਜਿਹੜਾ ਅਸੀਂ ਪੰਜਾਬ ਸਰਕਾਰ ਨੇ ਵਾਅਦਾ ਕੀਤਾ ਸੀ ਕਿ ਅਸੀਂ ਪੰਜਾਬ 'ਚ ਨਸ਼ੇ ਖਤਮ ਕਰਨੇ ਆ, ਉਹਦੀ ਕੜੀ 'ਚ ਜਿਹੜੇ ਪਿੰਡਾਂ 'ਚ ਸਟੇਡੀਅਮ ਨਹੀਂ ਸੀ, 2-2 4-4 ਪਿੰਡਾਂ ਨੂੰ ਇਕੱਠੇ ਕਰਕੇ ਅਸੀਂ ਇੱਕ ਸਟੇਡੀਅਮ ਬਣਾ ਰਹੇ ਹਾਂ। ਔਰ ਇੱਕ ਜਿੱਦਾਂ ਕਾਫੀ ਮੈਨੂੰ ਪ੍ਰੋਬਲਮ, ਜਿੱਦਾਂ ਸਾਡੇ ਸਰਪੰਚ ਜੀ ਨੇ ਕਿਹਾ ਕਿ ਸਾਡੇ ਇਹਨਾਂ ਪਿੰਡਾਂ 'ਚ ਮਿੰਨੀ ਪੈਲਸ ਬਣਨਾ ਚਾਹੀਦਾ, ਬੜੀ ਦਿੱਕਤ ਆ ਰਹੀ ਹੈ, ਅਤੇ ਉਹਦੇ ਲਈ ਮੈਂ ਇਹ 4-5 ਪਿੰਡਾਂ ਲਈ ਇੱਕ ਮਿੰਨੀ ਪੈਲਸ ਦੀ ਵੀ ਗ੍ਰਾਂਟ ਅੱਜ ਦੇਣ ਦੀ ਘੋਸ਼ਣਾ ਕੀਤੀ ਹੈ, ਜਿੱਥੇ ਅੱਜ ਕਰੋੜਾਂ ਰੁਪਏ ਦੀ ਗ੍ਰਾਂਟ ਵੰਡੀ ਗਈ ਹੈ। ਉਹਦੇ ਨਾਲ ਜਿਹੜਾ ਮਾਣਯੋਗ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਨੇ ਵਾਅਦਾ ਕੀਤਾ ਸੀ ਲੋਕਾਂ ਨਾਲ, ਅਸੀਂ ਉਹਦੇ ਵਿੱਚ ਕਾਮਯਾਬ ਹੋ ਰਹੇ ਹਾਂ ਕਿ ਅਸੀਂ ਉਹ ਵਾਅਦੇ ਸਾਰੇ ਪੂਰੇ ਕਰਨੇ ਨੇ। ਬੱਚਿਆਂ ਨੂੰ ਨਸ਼ਿਆਂ ਤੋਂ ਬਾਹਰ ਕਰਨਾ, ਔਰ ਜੋ ਵੀ ਪਿੰਡਾਂ ਦੀਆਂ ਜਿਹੜੀਆਂ ਸਮੱਸਿਆਵਾਂ ਨੇ ਪਿੰਡਾਂ ਨੂੰ ਸ਼ਹਿਰਾਂ ਵਾਲੀਆਂ ਸਹੂਲਤਾਂ ਦੇਣੀਆਂ ਨੇ, ਉਹਦੇ ਲਈ ਅਸੀਂ ਕੰਮ ਕਰ ਰਹੇ ਹਾਂ। ਜੇ ਲੋਕ ਉਹਨਾਂ ਦੀ ਗੱਲ ਸੁਣਦੇ ਹੁੰਦੇ ਤਾਂ ਉਹਨਾਂ ਨੂੰ MP ਦੇ ਇਲੈਕਸ਼ਨ 'ਚ ਉਹਨਾਂ ਨੂੰ ਸਾਥ ਦਿੰਦੇ। ਐਕਚੁਅਲ ਉਹਨਾਂ ਕੋਲ ਕੋਈ ਏਜੰਡਾ ਨਹੀਂ ਅਕਾਲੀ ਦਲ ਦੇ ਕੋਲ, ਖਿਲ ਰਿਹਾ ਪਿਆ ਅਕਾਲੀ ਦਲ, ਇਸ ਲਈ ਤਾਂ ਅਕਾਲੀ ਦਲ ਨਹੀਂ ਖਾਲੀ ਦਲ ਬਣ ਗਿਆ ਹੈ। ਕੋਈ ਉਹਨਾਂ ਦੇ ਕੋਲ ਕੁਛ ਨਹੀਂ ਹੈਗਾ, ਸਿਰਫ ਉਹਨਾਂ ਕੋਲ ਕੋਈ ਮੁੱਦਾ ਨਹੀਂ ਹੈ। ਅਗਰ ਉਹਨਾਂ ਦੇ ਕੋਲ ਕੋਈ ਮੁੱਦਾ ਆਵੇ ਤਾਂ ਲੋਕਾਂ 'ਚ ਆਉਣ, ਲੋਕ ਉਹਨਾਂ ਦਾ ਸਾਥ ਦੇਣ। ਕੋਈ ਵੀ ਉਹਨਾਂ ਕੋਲ ਮੁੱਦਾ ਨਹੀਂ ਹੈ, ਨਵੀਂ ਨਵੀਂ ਗੱਲ ਕਰਦੇ ਆ। ਅਸੀਂ ਸਾਡੀ ਡਿਊਟੀ ਹੈ ਸਰਕਾਰ ਦੀ ਲੋਕਾਂ ਦੇ ਕੰਮ ਕਰਨਾ, ਲੋਕ ਰਾਜ ਹੈ, ਲੋਕ ਹੈ, ਅਸੀਂ ਲੋਕਾਂ ਦੇ ਦੁੱਖ ਸੁੱਖ ਸੁਣਨ ਦੇ ਲਈ ਅੱਜ ਤੁਹਾਡੇ ਸਾਹਮਣੇ ਪਿੰਡਾਂ ਦੇ ਵਿੱਚ ਘੁੰਮ ਰਹੇ ਹਾਂ, ਇੱਥੇ ਦੀ ਸਮੱਸਿਆ ਦੂਰ ਕਰ ਰਹੇ ਹਾਂ। ਕੈਪਟਨ ਸਰਕਾਰ, ਮਾਣਯੋਗ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਦਾ ਇਹ ਨਿਰਦੇਸ਼ ਹੈ ਜਿਹੜਾ ਅਸੀਂ ਇਹ ਪੂਰਾ ਕਰ ਰਹੇ ਹਾਂ ਕਿ ਹਰ ਪਿੰਡ ਦਾ ਜਿਹੜਾ ਅਸੀਂ ਸੁਧਾਰ ਕਰਨਾ, ਔਰ ਸ਼ਹਿਰਾਂ ਵਾਲੀ ਇਹਨਾਂ ਨੂੰ ਸਹੂਲਤ